ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਤਾਂ ਇਹ ਅਸਾਮੀਆਂ ਆ ਰਹੀਆਂ ਨੇ ਜੀ ਦਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਦੇ ਵਿੱਚ ਇਹ ਅਸਾਮੀਆਂ ਆ ਰਹੀਆਂ ਨੇ ਗਰੁੱਪ B ਅਤੇ ਗਰੁੱਪ C ਦੀਆਂ ਇਹ ਅਸਾਮੀਆਂ ਨੇ ਡਿਟੇਲ ਦੇ ਵਿੱਚ ਦੇਖਾਂਗੇ ਤਾਂ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈ ਜੀ ਤਾਂ ਗਰੁੱਪ B ਦੇ ਵਿੱਚ ਸੀਨੀਅਰ ਮੈਨੇਜਰ ਦੀ ਇੱਕ ਅਸਾਮੀ ਹੈ ਮੈਨੇਜਰ ਦੀਆਂ 28 ਅਸਾਮੀਆਂ ਨੇ ਆਈਟੀ ਆਫੀਸਰ ਦੀਆਂ 3 ਅਸਾਮੀਆਂ ਨੇ ਤੇ ਗਰੁੱਪ C ਦੇ ਵਿੱਚ ਕਲਰਕ ਕਮ ਡਾਟਾ ਇੰਟਰਪ੍ਰੀਟਰ ਦੀਆਂ 738 ਪੋਸਟਾਂ ਹਨ 96 ਟਾਈਪਿਸਟ ਦੀਆਂ 7 ਪੋਸਟਾਂ। ਇਹਨਾਂ ਦੀ ਗਿਣਤੀ ਨੂੰ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ। ਹੁਣ ਐਡਵਰਟਾਈਜ਼ਮੈਂਟ ਦਾ ਡਿਟੇਲ ਨੋਟੀਫਿਕੇਸ਼ਨ ਆਪਾਂ ਨੂੰ ਕਿੱਥੋਂ ਮਿਲੇਗਾ? ਠੀਕ ਹੈ। ਗਰੁੱਪ B ਦੀਆਂ ਜੋ ਪੋਸਟਾਂ ਹਨ ਉਹਨਾਂ ਨੂੰ ਕਰਵਾ ਰਿਆ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤਾਂ ਇਹਨਾਂ ਦਾ ਤੁਹਾਨੂੰ ਡਿਟੇਲ ਨੋਟੀਫਿਕੇਸ਼ਨ ਮਿਲਣਾ ਹੈ ਜੀ http://ppsc.gov.in ਤੇ ਤੇ ਜੋ ਗਰੁੱਪ C ਦੀਆਂ ਪੋਸਟਾਂ ਨੇ ਇਹਨਾਂ ਨੂੰ ਕਰਵਾ ਰਿਆ ਜੀ ਟ੍ਰਿਪਲ ਐਸ ਵੀ ਬੋਰਡ ਤਾਂ ਇਹਨਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਣਾ ਹੈ ਜੀ http:// slash slash sbi.punjab.gov.in ਤੇ ਮਿਲ ਜਾਣਾ ਹੈ ਹਲੇ ਇਹ ਨੋਟੀਫਿਕੇਸ਼ਨ ਆਫੀਸ਼ੀਅਲੀ ਆਉਣ ਵਾਲਾ ਹੈ ਵੀ ਕਦੋਂ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਇੱਕ ਭੇਜਿਆ ਇਹਨਾਂ ਨੇ ਬਣਾ ਕੇ ਵੀ ਇਹ ਇਹ ਪੋਸਟਾਂ ਆ ਰਹੀਆਂ ਨੇ ਠੀਕ ਹੈ ਤਾਂ ਤੁਹਾਨੂੰ ਮੇਬੀ 10-15 ਦਿਨ ਦੇ ਵਿੱਚ ਜਾਂ ਇੱਕ ਮਹੀਨੇ ਦੇ ਅੰਦਰ-ਅੰਦਰ ਇਹਨਾਂ ਦਾ ਨੋਟੀਫਿਕੇਸ਼ਨ ਮਿਲ ਜਾਣਾ ਹੈ ਕਿ ਤੁਸੀਂ ਕਦੋਂ ਤੋਂ ਅਪਲਾਈ ਕਰ ਸਕਦੇ ਹੋ ਤੇ ਜੇ ਕੈਟਾਗਰੀ ਵਾਈਜ਼ ਅਸਾਮੀਆਂ ਦੀ ਗੱਲ ਕਰੀਏ ਤਾਂ ਜਨਰਲ ਸੀਨੀਅਰ ਮੈਨੇਜਰ ਦੀ ਇੱਕ ਪੋਸਟ ਹੈ ਜਿਸ ਨੂੰ ਸਾਰੇ ਕੈਂਡੀਡੇਟ ਜਨਰਲ ਕੈਟਾਗਰੀ ਦੇ ਵਿੱਚ ਹੀ ਅਪਲਾਈ ਕਰ ਸਕਦੇ ਹਨ ਠੀਕ ਹੈ ਤੇ ਉਸ ਤੋਂ ਬਾਅਦ ਮੈਨੇਜਰ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਲਈ 11 ਪੋਸਟਾਂ ਹਨ ਠੀਕ ਹੈ ਜਿਸ ਦੇ ਵਿੱਚ 7 ਜਨਰਲ ਕੈਟਾਗਰੀ ਦੀਆਂ 4 ਗਰਲਜ਼ ਲਈ ਰਿਜ਼ਰਵ ਹਨ ਤੇ ਇਕਨੋਮਿਕਲ ਵੀਕਰ ਦੀਆਂ 2 ਪੋਸਟਾਂ ਹਨ ਐਕਸ ਸਰਵਿਸਮੈਨ ਦੀਆਂ 2 ਪੋਸਟਾਂ ਹਨ ਤੇ ਸਪੋਰਟ ਕੋਟੇ ਦੀ ਇੱਕ ਪੋਸਟ ਹੈ ਜੀ ਤੇ ਡਿਸੇਬਲ ਪਰਸਨ ਦੀ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਸ਼ਡਿਊਲ ਕਾਸਟ ਦੀਆਂ 3 ਪੋਸਟਾਂ ਹਨ ਤੇ ਬਾਲਮਿਕੀ ਮੱਝ ਵੀ ਪੰਜਾਬ ਦੀਆਂ ਤਿੰਨ ਪੋਸਟਾਂ ਹਨ ਬਾਲਮਿਕੀ ਸਿੱਖ სპੋਰਟਸ ਪਰਸਨ ਦੀ ਇੱਕ ਪੋਸਟ ਹੈ ਜੀ ਤੇ ਉਸ ਤੋਂ ਇਲਾਵਾ ਬੈਕਵਰਡ ਕਲਾਸ ਏਰੀਆ ਦੀਆਂ ਤਿੰਨ ਪੋਸਟਾਂ ਹਨ ਤੇ ਬੈਕਵਰਡ ਕਲਾਸ ਐਕਸ ਸਰਵਿਸਮੈਨ ਦੀ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਨੈਕਸਟ ਆਪਣੀ ਪੋਸਟ ਆਉਂਦੀ ਹੈ ਆਈਟੀ ਅਫੀਸਰ ਦੀ ਜਨਰਲ ਦੀ ਇੱਕ ਪੋਸਟ ਹੈ ਤੇ ਇਕਨੋਮਿਕਲ ਵਿਕਰ ਦੀ ਇੱਕ ਪੋਸਟ ਹੈ ਐਸਸੀ ਦੀ ਇੱਕ ਪੋਸਟ ਹੈ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਆਪਣੀ ਆਉਂਦੀ ਹੈ ਕਲਰਕ ਡਾਟਾ ਐਂਟਰੀ অপারেਟਰ ਠੀਕ ਹੈ ਤਾਂ ਜਨਰਲ ਦੀਆਂ ਟੋਟਲ ਪੋਸਟਾਂ ਹਨ ਜੀ 282 ਜਨਰਲ ਕੈਟਾਗਰੀ ਚ ਨੇ 82 ਊਮਨ ਵਾਸਤੇ ਰਿਜ਼ਰਵ ਨੇ ਠੀਕ ਹੈ ਤੇ ਐਸਸੀ ਮੱਜਬੀ ਦੀਆਂ 69 ਪੋਸਟਾਂ ਤੇ 31 ਊਮਨ ਵਾਸਤੇ ਰਿਜ਼ਰਵ ਹਨ ਰਮਦਾਸੀ ਆਰਓ 75 ਪੋਸਟਾਂ 30 ਊਮਨ ਵਾਸਤੇ ਹਨ ਤੇ ਉਸ ਤੋਂ ਬਾਅਦ ਬੀ ਸੀ ਦੀਆਂ 70 ਪੋਸਟਾਂ 31 ਵੂਮਨ ਵਾਸਤੇ ਹਨ ਇੱਕ ਐਕਸ ਸਰਵਿਸਮੈਨ ਜਨਰਲ ਦੀਆਂ 52 ਪੋਸਟਾਂ 29 ਵੂਮਨ ਵਾਸਤੇ ਮਜਵੀ ਸਿੱਖ ਦੀਆਂ 13 ਪੋਸਟਾਂ ਆਰਓ ਦੀਆਂ 15 ਬੀ ਸੀ ਦੀਆਂ 20 ਪੋਸਟਾਂ ਇੱਕ ਵੂਮਨ ਵਾਸਤੇ ਰਿਜ਼ਰਵ ਹੈ ਪੋਸਟ ਕੈਟਾਗਰੀ ਦੀ ਗੱਲ ਕਰੀਏ ਜਨਰਲ ਦੀਆਂ 21 ਐਸ ਸੀ ਮਜਵੀ ਦੀਆਂ 7 ਪੋਸਟਾਂ ਐਸ ਸੀ ਆਰਓ ਦੀਆਂ 3 ਪੋਸਟਾਂ ਤੇ ਫਿਜ਼ੀਕਲ ਹੈਂਡੀਕੈਪਡ ਔਰਥੋ ਦੀਆਂ 9 ਪੋਸਟਾਂ ਵਿਜ਼ੂਅਲ ਦੀਆਂ 6 ਪੋਸਟਾਂ ਹਿਅਰਿੰਗ ਜਿਨ੍ਹਾਂ ਨੂੰ ਪ੍ਰੋਬਲਮ ਉਹਨਾਂ ਦੀਆਂ 9 ਪੋਸਟਾਂ ਆਈਡੀ ਐਮਡੀ ਦੀਆਂ 6 ਪੋਸਟਾਂ ਹਨ ਠੀਕ ਹੈ ਜੀ ਫਰੀडम फाइਟਰ ਦੀਆਂ 9 ਪੋਸਟਾਂ ਇਕਨੋਮਿਕਲ ਵਿਕਰਤੀਆਂ 72 ਪੋਸਟਾਂ ਹਨ ਤੇ ਟੋਟਲ ਪੋਸਟਾਂ ਦੀ 738 ਜਿਨ੍ਹਾਂ ਦੇ ਵਿੱਚੋਂ 257 ਊਮਨ ਵਾਸਤੇ ਰਿਜ਼ਰਵ ਹਨ ਠੀਕ ਹੈ ਤਾਂ ਦੈਟਸ ਆਲ ਗਾਇਸ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ